ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਕਪਾਨੀਆ ਮੁਹੱਲੇ ਦੇ ਵਿੱਚ ਹੋਲੀ ਦਾ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਾਰੇ ਮੁਹੱਲੇ ਵਾਸੀਆਂ ਨੇ ਇਸ ਵਿੱਚ ਧੂਮਧਾਮ ਨਾਲ ਯੋਗਦਾਨ ਦਿੱਤਾ। ਸਵੇਰੇ ਅਸੀਂ ਸਭ ਨੇ ਸਾਈ ਪਾਲਕੀ ਕੱਢੀ, ਜੋ ਕਿ ਸਾਰੇ ਸ਼ਹਿਰ ਦੀ ਪਰਿਕਰਮਾ ਕਰਕੇ ਵਾਪਸ ਕਪਾਨੀਆ ਮੁਹੱਲੇ ਪਹੁੰਚੀ। ਰਾਤ ਨੂੰ ਸਾਈ ਸੰਧਿਆ ਦਾ ਆਯੋਜਨ ਅਜੀਤ ਸੂਦ ਅਤੇ ਨਵੀਨ ਖੰਨਾ ਜਗਰਾਉਣ ਵਾਲੀ ਪਾਰਟੀ ਨੇ ਇਹਦੇ ਵਿੱਚ ਪਹੁੰਚ ਕੇ ਬਹੁਤ ਸਾਰੀ ਰੌਣਕਾਂ ਲਗਾਈਆਂ। ਸਾਰੇ ਮੁਹੱਲੇ ਨੇ ਬਹੁਤ ਖੁਸ਼ੀ ਮਨਾਈ ਅਤੇ ਆਨੰਦ ਲਿੱਤਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁਹੱਲਾ ਕਪਾਨੀਆ ਵਿੱਚ ਬੜੀ ਧੂਮਧਾਮ ਨਾਲ ਹੋਲੀ ਦਾ ਅਤੇ ਸਾਈ ਸੰਧਿਆ ਦੀ ਪਾਲਕੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜਗਰਾਉਂ ਦੀ ਪਾਰਟੀ ਅਜੇ ਸੂਦ ਐਂਡ ਪਾਰਟੀ ਜਗਰਾਉਂ ਜੀ ਨੇ ਭਾਗ ਲਿੱਤਾ। ਉਹ ਸਾਨੂੰ ਸਾਰੇ ਮੁਹੱਲੇ ਵਾਲਿਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਅਸੀਂ ਇਹੀ ਆਸ ਕਰਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਬਾਕੀ ਸਾਲਾਂ 'ਚ ਵੀ ਸਾਨੂੰ ਮੁਹੱਲੇ ਵਾਲੇ ਵਧੀਆ ਸਹਿਯੋਗ ਦੇਣ ਅਤੇ ਇਹਨੂੰ ਵੀ ਵਧੀਆ ਪਾਲਕੀ ਅਤੇ ਹੋਲੀ ਮਨਾ